ਨਮਸਕਾਰ, ਮੈਂ ਹਾਂ ਤਮੰਨਾ ਸ਼ਰਮਾ, ਤੁਸੀਂ ਵੇਖ ਰਹੇ ਹੋ AMI ਨਿਊਜ਼। ਪਾਵਰਕੌਮ ਦੇ ਅਧਿਕਾਰੀਆਂ ਨੇ ਜਿੱਥੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਾ ਹੋਣ ਕਾਰਨ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ, ਉੱਥੇ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਕਾਰਨ ਦੁਕਾਨਦਾਰਾਂ ਵਿੱਚ ਜੋ ਹੈ ਰੋਸ ਵੇਖਣ ਨੂੰ ਮਿਲਿਆ। ਤਾਂ ਇਸੇ ਦੇ ਨਾਲ ਤੁਹਾਨੂੰ ਜਾਣਕਾਰੀ ਦੇ ਦਈਏ, ਬੀਤੇ ਕੱਲ੍ਹ ਜਿਵੇਂ ਹੀ ਗਾਂਧੀ ਚੌਂਕ ਸਥਿਤ ਸਥਾਨਕ ਦੁਕਾਨਦਾਰਾਂ ਦੇ ਮੀਟਰ ਕਨੈਕਸ਼ਨ ਕੱਟੇ ਜਾਣ ਲੱਗੇ ਤਾਂ ਦੁਕਾਨਦਾਰਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਿਸ ਕਾਰਨ ਕੁਝ ਦੁਕਾਨਦਾਰਾਂ ਨੇ ਗੁੱਸਾ ਜ਼ਾਹਿਰ ਕਰਦੇ ਕਿਹਾ ਕਿ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਇਸ ਵਤੀਰੇ ਨੂੰ ਲੈ ਕੇ ਆਏ। ਕਾਰਵਾਈ ਦੌਰਾਨ ਕਰਮਚਾਰੀ ਕਾਫੀ ਨਿਰਾਸ਼ਜਨਕ ਸੀ ਅਤੇ ਉਹਨਾਂ ਨਾਲ ਧੱਕਾਸ਼ਾਹੀ ਕੀਤੀ ਗਈ। ਇਸ ਮੌਕੇ ਤੇ ਨੀਰਜ ਨੇ ਦੱਸਿਆ ਕਿ ਉਸਦਾ ਬਿਜਲੀ ਦਾ ਬਿੱਲ ਜੋ ਹੈ ਕਰੀਬ 10,336 ਰੁਪਏ ਸੀ। ਜਦੋਂ ਉਹ ਇਸ ਨੂੰ ਜਮ੍ਹਾਂ ਕਰਵਾਉਣ ਗਿਆ ਤਾਂ ਉਸਦਾ ਬਿੱਲ ਜੋ ਹੈ ਜਮ੍ਹਾਂ ਨਹੀਂ ਹੋ ਸਕਿਆ, ਅਤੇ ਅੱਜ ਜਦੋਂ ਅਸੀਂ ਉਸਨੂੰ ਜੋ ਹੈ ਨਕਦੀ ਲੈਣ ਲਈ ਕਿਹਾ ਤਾਂ ਪਰ ਉਹਨਾਂ ਨੇ ਜੋ ਹੈ ਇਨਕਾਰ ਕਰ ਦਿੱਤਾ ਅਤੇ ਕਨੈਕਸ਼ਨ ਕੱਟ ਦਿੱਤਾ। ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਧੱਕਾਸ਼ਾਹੀ ਕੀਤੀ ਗਈ ਹੈ, ਜਿਸ ਲਈ ਉਹ ਵਿਭਾਗ ਤੋਂ ਮੰਗ ਕਰਦੇ ਹਨ ਕਿ ਉਕਤ ਮੁਲਾਜ਼ਮ ਖਿਲਾਫ਼ ਜੋ ਹੈ ਬਣਦੀ ਕਾਰਵਾਈ ਕੀਤੀ ਜਾਵੇ, ਕਿਉਂਕਿ ਮੌਕੇ 'ਤੇ ਉਹਨਾਂ ਨੂੰ ਜੋ ਹੈ ਕੈਸ਼ ਬਿੱਲ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਜੋ ਹੈ ਜ਼ਬਰਦਸਤੀ ਕਨੈਕਸ਼ਨ ਕੱਟ ਦਿੱਤਾ, ਜੋ ਕਿ ਉਹਨਾਂ ਨਾਲ ਸਰਾਸਰ ਬੇਇਨਸਾਫ਼ੀ ਹੈ। ਇਸ ਦੇ ਨਾਲ ਹੀ ਸਥਾਨਕ ਦੁਕਾਨਦਾਰਾਂ ਨੇ ਵੀ ਮੰਗ ਕੀਤੀ ਹੈ ਕਿ ਜੇਕਰ ਗਲਤੀ ਨਾਲ ਬਿੱਲ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਬਿਜਲੀ ਵਿਭਾਗ ਕਨੈਕਸ਼ਨ ਕੱਟਣ ਦੀ ਬਜਾਏ ਉਹਨਾਂ ਨੂੰ ਸਮਾਂ ਦੇਵੇ ਤਾਂ ਜੋ ਦੁਕਾਨਦਾਰ ਬਿੱਲ ਦਾ ਭੁਗਤਾਨ ਕਰ ਸਕਣ, ਕਿਉਂਕਿ ਮਹਿੰਗਾਈ ਕਾਰਨ ਦੁਕਾਨਦਾਰ ਪਹਿਲਾਂ ਹੀ ਬਹੁਤ ਮੰਦੀ ਦਾ ਸਾਹਮਣਾ ਕਰ ਰਹੇ ਹਨ। ਪਠਾਨਕੋਟ ਤੋਂ ਸੋਨੂੰ ਗੁਪਤਾ ਦੀ ਰਿਪੋਰਟ, AMI ਨਿਊਜ਼ ਪੰਜਾਬ। ਇਹ ਕੋਈ ਪਰੂਫ ਨਹੀਂ ਦੇਣ ਦੇ, ਇਹਨੂੰ 10,300 ਰੁਪਇਆ ਇਹਨਾਂ ਨੂੰ ਦੇਖਣੇ ਪੂਰਾ। ਆਹੋ, ਇਹ ਦੋਨੇ ਬੰਦੇ ਆਏ ਦੇ ਆ, 10,300 ਦੇਣੇ ਆ। ਇਹ ਕੈਸ਼ ਪਿਆ ਮੇਰੇ ਹੱਥ 'ਚ, ਇਹ ਬੰਦੇ ਧੱਕੇ ਨਾਲ ਕੱਟ ਕੇ ਗਿਆ ਜੀਓ। ਇਹ ਰੱਖੋ, ਇਹ ਕੱਟ ਕੇ ਗਿਆ ਜੀਓ, ਇਹ ਪੈਸੇ ਪਏ ਜੀਓ, ਇਹ ਪੈਸੇ ਪਏ ਜੀਓ। ਇਹ ਦੇਖ, ਇਹ ਦੌੜਨ ਦੇ ਜਮ੍ਹਾਂ ਕਰਾ ਕੇ, ਰਸੀਦ ਕੋਈ ਨਹੀਂ ਦੇਣੀ ਇਹਨਾਂ ਨੇ, ਦੌੜ ਕੇ ਦਈਓ। ਹਾਂਜੀ ਬਾਈ, ਕੀ ਨਾਮ ਆਪਣਾ? ਬਾਈ ਮੇਰਾ ਨਾਮ ਸ਼ੁਭ, ਨਾਮ ਮੇਰਾ ਨੀਰਜ ਕਾਲੀ ਆ। ਮੈਂ ਅਸੀਂ ਛਾਪਰ ਚੌਂਕ ਦੇ ਰਹਿਣ ਵਾਲੇ, ਦੁਕਾਨ ਸਾਡੀ 1947 ਤੋਂ ਪੁਰਾਣੀਆਂ ਦੁਕਾਨਾਂ ਇੱਥੇ ਬਣੀ ਦੀ ਆ ਸਾਡੀ ਆਪਣੀਆਂ, ਜਿਹੜੀ ਆਪਣੀ ਆ। ਕੀ ਗੱਲਬਾਤ ਹੋਈ? ਗੱਲਬਾਤ ਇਹ ਹੋਈ ਸਰ, ਇਹ ਬਿੱਲ ਇੱਥੋਂ ਦੀ ਜਮ੍ਹਾਂ ਕਰਾ ਰਹੇ ਸੀਗੇ ਅਸੀਂ, ਤੇ ਇੱਥੋਂ ਦੀ ਚੁੱਕੇ ਨੀ ਗੱਦੀ ਸਾਈਡ ਅੱਜ, ਤੇ ਅਸੀਂ ਬਿੱਲ 10,300 ਤੇ 26 ਰੁਪਏ ਬਣੇ ਦੇ ਗਏ, ਜੋ ਕਿ ਸਾਡੇ ਕੈਸ਼ ਅਸੀਂ ਕਢਾ ਕੇ, ਉਹਨੇ ਕਹਿੰਦੇ ਕਿ ਜੱਗੇ ਦੀ ਦੁਕਾਨ ਤੇ ਜਾਓ, ਉੱਥੋਂ ਕਰਾਵੋ, ਉੱਥੇ ਕੈਫੇ ਤੇ ਹੋਣੇ ਆ ਪੈਸੇ ਜਮ੍ਹਾਂ। ਅਸੀਂ ਕਿਹਾ ਤੁਹਾਨੂੰ ਕੈਸ਼ ਚਾਹੀਦਾ, ਤੁਹਾਨੂੰ ਕੈਸ਼ ਹੀ ਲੈ ਦਿੰਦੇ। ਮੇਰੇ ਭਰਾ ਨੇ ਕਿਹਾ ਕਿ ਸਾਹਮਣੇ ਦੁਕਾਨਦਾਰ ਕੋ ਗੂਗਲ ਪੇ ਪਾ ਕੇ ਕੈਸ਼ ਦੇ ਦੇ ਉਹਨਾਂ ਨੂੰ। ਅਸੀਂ ਕੈਸ਼ ਦੇਣ ਲੱਗੇ ਆ ਤੇ ਇਹਨਾਂ ਨੇ ਮਿੰਟ ਨਹੀਂ ਲਾਇਆ ਤੇ ਮੀਟਰ ਕੱਟਣ ਦੌੜ ਪਏ। ਮੈਂ ਕਿਹਾ ਬਾਊ ਜੀ, ਇਹ ਪੈਸੇ ਗਿਣੋ ਸਹੀ, ਪੈਸੇ ਜਿਲੇ ਗਿਣਨ ਲੱਗੇ ਆ ਤੇ ਮੈਨੂੰ, ਮੈਂ ਕਿਹਾ ਇਹਨਾਂ ਨੂੰ ਮੈਨੂੰ ਕੋਈ ਰਸੀਦ ਤੇ ਦਿਓ, ਜੇ ਤੁਸੀਂ ਨੀ ਮੈਨੂੰ ਜਾਣਦੇ ਜਿਹਨਾਂ ਦੀ ਇੰਨੀ ਪੁਰਾਣੀ ਦੁਕਾਨ ਆ ਤੇ ਸਾਨੂੰ ਨੀ ਜਾਣਦੇ, ਅਸੀਂ ਤੁਹਾਨੂੰ ਕਿਤੇ ਜਾਣਦੇ, ਤੁਸੀਂ ਤੇ ਇੱਧਰ ਦੇ ਆਏ ਦੇਖ ਵੇਖਿਆ ਵੀ ਨੀ ਤੁਹਾਨੂੰ ਕਦੀ। ਇਹਨਾਂ ਨੂੰ ਪੈਸੇ ਦੇਣ ਦੇ ਤੇ ਇੰਨੀ ਧੋਸ ਦਿਖਾਇਆ, ਕਹਿੰਦੇ ਪਤਾ ਨੀ ਸਰਕਾਰੀ ਨੌਕਰੀ ਹੈ ਕੀ ਆ, ਅਸੀਂ ਦੁਕਾਨਦਾਰ ਆ ਬਾਊ ਜੀ, ਦੁਕਾਨਦਾਰਾਂ ਨੇ ਇੰਨਾ ਧੱਕਾ ਕਰਿਆ, ਕਹਿੰਦੇ ਸਰਕਾਰ ਮਿੰਟੋ ਮਿੰਟ ਦੌੜਿਆ ਇੱਧਰ ਨੂੰ, ਉਹਦੇ ਨਾਲ ਹੀ ਮੀਟਰ ਦੀ ਤਾਰ ਕੱਟ ਗਿਆ ਤੇ ਨਾਲ ਆਇਆ। ਦੇਖੋ ਸਰ, ਮੈਂ ਵੀਡੀਓ ਬਣਾਈ ਦੀ, ਤੁਹਾਨੂੰ ਮੈਂ ਦਿਖਾਉਂਦਾ ਵੀ, ਕਹਿੰਦਾ ਜਾ ਜਿਹਨੂੰ ਮਰਜ਼ੀ ਦੇਖ ਲਾ ਜਾ ਕੇ। ਇਹ ਦੇਖੋ, ਦੋ ਬੰਦੇ ਸੀ, ਦੋ ਮੁਲਾਜ਼ਮ ਆਏ ਗਏ, ਇੱਕ ਸਰਦਾਰ ਸਾਹਿਬ ਉਹ ਪਹਿਲੇ ਚੱਲ ਗਏ, ਹੋਰ ਸਾਰੀ ਮਾਰਕੀਟ ਇੱਕ ਦੋ ਜਾਣਿਆਂ ਦਾ ਕੱਟਿਆ, ਪਰ ਉਹਨਾਂ ਨੇ ਆਉਂ ਨੀ ਕੱਟਿਆ, ਉਹਨਾਂ ਨੇ ਸੈਟਿੰਗ ਕਰ ਲਈ ਕਿ ਬਾਅਦ ਚ ਕੱਟਾਂਗੇ ਤੁਹਾਡਾ ਜਾਂ 5-10 ਮਿੰਟ ਬਾਅਦ ਲਾਵਾਂਗੇ। ਰਣਜੀਤ ਕੋਈ ਵੀ ਨੀ ਭਾਈ, ਤੁਹਾਡੇ ਸਾਹਮਣੇ ਪੈਸੇ ਦੇਖਣੇ ਆ, ਦੇਖੋ ਪੈਸੇ ਹੱਥ ਚ ਫੜੇ ਮੇਰੇ, 10,326 ਰੁਪਏ ਪੂਰੇ, ਤੇ ਤਾਂ ਵੀ ਅਗਲੇ ਧੱਕੇ ਦੇ ਨਾਲ ਕੱਢ ਗਿਆ। ਦੇਖੋ ਮੈਂ ਮਗਰ ਦੌੜਿਆ, ਮੈਂ ਕਿਹਾ ਬਾ ਹੋਇਆ ਕੀ, ਤੈਨੂੰ ਦੱਸ ਤੇ ਗਏ। ਆ ਵੇਖੋ ਯਾਰ, ਧਿਆਨ ਨਾਲ, ਸਰਕਾਰ ਮੁਫ਼ਤ ਇੱਥੇ ਭਾਅ ਕੱਟ ਗਈ, ਜਿਹੜੀ ਮੁੱਲ ਦੀ ਕੱਟ ਗਈ, ਤੇ ਮੁਫ਼ਤ ਦੀ ਕੀ ਕਰਨੇ ਆ, ਮੰਗ ਇਹੀ ਕਰਨੇ ਆ, ਇਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ, ਬੋਲਣ ਦੀ ਅਕਲ, ਇੱਕ ਪੈਸੇ ਦੇ ਕਹਿੰਦੇ ਆ, ਅਸੀਂ ਟੈਕਸ ਇੰਨਾ ਭਰੇ ਕਹਿੰਦੇ ਆ, ਤੇ ਇਹਨਾਂ ਨੂੰ ਸਸਪੈਂਡ ਕਰੋ ਇਹੋ ਜਿਹੇ ਬਦਤਮੀਜ਼ਾਂ ਨੂੰ। ਜੇ ਇਹ ਕੋਈ ਅਸੀਂ ਆਮ ਪਬਲਿਕ ਗਾਂਧੀ ਚੌਂਕ ਦੇ ਰਹੇ ਹਾਂ, ਇਹਨਾਂ ਦੇ 6 ਦੁਕਾਨਾਂ ਦੀਆਂ,
ਗਾਂਧੀ ਚੌਂਕ ਬਾਊਜੀ ਕਿਸੇ ਨੂੰ ਵੀ ਪੁੱਛ ਲਿਆ ਬਾਹਮਣ ਹੁੰਦੇ ਆ, 6 ਦੁਕਾਨਾਂ ਹਟੀਆਂ ਤੇ ਸਾਡਾ ਹੀ ਕੱਟ ਕੇ ਦਿੰਦੇ, ਫਿਰ ਇੰਨੀ ਦੇਰ ਪੁਰਾਣਾ ਦੇ ਕੱਟਿਆ ਨੀ, ਦਿੰਦੇ ਆ ਤਾਂ ਹੀ ਨੀ ਕੱਟਿਆ, ਇਹਨਾਂ ਨੂੰ ਪਤਾ ਨੀ ਨਵੀਂ ਭਰਤੀ ਕੱਟੀ ਕਰਦੇ ਬਾਊਜੀ। ਇਹ ਦੁਕਾਨਦਾਰੀ 1947 ਦੀ ਕਰਦੇ ਪਏ ਆ, ਸਾਡੇ ਦਾਦੇ ਹੋਰੀ ਚਾਹ ਦਾ ਕੰਮ ਕਰਦੇ ਰਹੇ ਆ। यार आज कहीं बाहर खाने चलें? तो चलो दिल्ली के मोस्ट फेमस रेस्टोरेंट चावला दिल्ली वाला चलते हैं, जो अब खुल चुका है अपने शहर पठानकोट में भी, जहां मिलेगा आपको इनका फेमस पिशौरी चिकन और वेज नॉन वेज में ढेरों जायकेदार वैरायटीज। चावला दिल्ली वाला, पाइनवुड डेकोर टावर, अपोजिट नोवेल्टी हुंडई, डलहौजी रोड, पठानकोट। कॉल 7696588832। गजाधारी ज्वेलर्स जो है पिछले 75 सालों से आप सभी का भरोसा आपकी खुशियों के साथ, आशा पूर्णी मंदिर पठानकोट से मनचंदा टावर ढलोजी रोड। दयाल गजाधारी ज्वेलर्स जो है पिछले 75 सालों से आप सभी का भरोसा आपकी खुशियों के साथ, आशा पूर्णी मंदिर पठानकोट से मनचंदा टावर ढलोजी रोड। रबदयाल गजाधारी ज्वेलर्स जो है पिछले 75 सालों से आप सभी का भरोसा आपकी खुशियों के साथ, आशा पूर्णी मंदिर पठानकोट से मनचंदा टावर ढलोजी रोड। कहीं सुना है रिटेल की दुकान पर होलसेल का दाम? जी हाँ, नव्या लेकर आया है डिजाइनर सूट्स, कुर्तीज और फैब्रिक्स, सबसे सस्ता सबसे अच्छा, डिफेंस रोड ममून पठानकोट, कॉन्टैक्ट 9614196141।